पंजाब नूं इस तरह दीआं कहानियां दी जरूरत है। ਜਿਵੇਂ ਟ੍ਰੇਲਰ ਨੂੰ ਵੇਖ ਕੇ ਕਈ ਲੋਕ ਮਚਲੇ ਵੀ ਨਸ਼ੇ ਨੂੰ ਲੈ ਕੇ ਮੂਵੀ ਆ, ਇਹ ਨਸ਼ੇ ਨੂੰ ਲੈ ਕੇ ਮੂਵੀ ਨਹੀਂ ਆ, ਐਕਚੁਅਲ ਚ ਇਸ ਮੂਵੀ ਦਾ ਐਂਡ ਮੈਟਰ ਕਰਦਾ ਜੋ ਉਹ ਵਿਖਾਉਣਾ ਚਾਹ ਰਹੇ ਸੀ। ਬਹੁਤ ਚੰਗੀ ਸੇਧ ਦਿੱਤੀ ਹੈ ਜੀ ਫਿਲਮ ਰਾਹੀਂ, ਉਹ ਚੰਗਾ ਮੈਸੇਜ। ਬਹੁਤ ਚੰਗੀ ਫਿਲਮ ਆ, ਇਹੋ ਜਿਹੇ ਵਿਸ਼ਿਆਂ ਤੇ ਜਿਹੜੀਆਂ ਫਿਲਮਾਂ ਬਣਾਉਣੀਆਂ ਆ ਵੱਡੇ ਜਿਗਰੇ ਦਾ ਕੰਮ ਆ। ਚੰਗੀਆਂ ਸਰਕਾਰਾਂ ਆਉਂਦੀਆਂ ਨੇ ਜਦੋਂ ਇਹੋ ਜਿਹਾ ਕੰਮ ਕਰਦੀਆਂ। ਇਹ ਚਲ ਪਹਿਲਾਂ ਫੋਟੋ ਕਰ। बहुत वधिया जी, कमर्शियल फिल्म है बट सोसाइटी लिए मैसेज छोड़ के जाती है। ਤੁਸੀਂ ਵੀ ਸੋਚਿਆ ਆਪਣੀ ਫਿਲਮ ਗੋਲਡ ਮਾਈਨ ਨੂੰ ਜਾਂ ਇਸ ਤਰ੍ਹਾਂ ਹਿੰਦੀ ਵਿੱਚ ਡਬ ਕਰਨ ਵਾਸਤੇ ਰਾਈਟਸ ਦੇਣ ਦੇ? ਬਿਲਕੁਲ ਬਿਲਕੁਲ ਜੀ, ਹੋਪਫੁਲੀ ਡਾਕੂਆਂ ਦਾ ਮੁੰਡਾ ਹੀ ਹੋਏਗੀ ਉਹਦੇ 'ਚੋਂ। ਜੇ ਅਸੀਂ ਚੰਗੀ ਕੋਸ਼ਿਸ਼ ਕੀਤੀ ਹੈ ਤਾਂ ਜ਼ਰੂਰ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਸਮਾਜ ਨੂੰ ਸੁਧਾਰਨ ਲਈ, ਆਪਣੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਲਿਆਉਣ ਲਈ ਥੋੜ੍ਹਾ ਬਹੁਤ ਸਹਿਯੋਗ ਜ਼ਰੂਰ ਪਾਈਏ। ਸੋ ਅਸੀਂ ਫਿਲਮ ਬਣਾ ਕੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣਾ ਬਣਦਾ ਜਿੰਨਾ ਵੀ ਸਹਿਯੋਗ ਹੈ ਇਹਦੇ ਵਿੱਚ ਪਾਉਣਾ ਚਾਹੀਦਾ। ਭਾਈ ਕਿਸ ਤਰ੍ਹਾਂ ਲੱਗੀ ਫਿਲਮ? ਕੀ ਬਹੁਤ ਵਧੀਆ ਮੂਵੀ ਹੈ ਜੀ। ਬਿਲਕੁਲ ਜੀ, ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਵੱਧ ਤੋਂ ਵੱਧ। ਔਰ ਚੰਗੀ ਗੱਲ ਹੈ ਕਿ ਇਹੋ ਜਿਹੀਆਂ ਫਿਲਮਾਂ ਆਈਆਂ, ਸਾਡੀ ਨੌਜਵਾਨ ਪੀੜ੍ਹੀ ਨੂੰ ਦੇਖਣੀਆਂ ਚਾਹੀਦੀਆਂ। ਮੋਟੀਵੇਸ਼ਨਲ ਮੂਵੀ ਹੈ ਔਰ ਨਸ਼ਿਆਂ ਦੇ ਖਿਲਾਫ ਹੈ, ਕਿਵੇਂ ਬੰਦਾ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲਦਾ ਆਪਣੀ ਵਿਲ ਪਾਵਰ ਦੇ ਨਾਲ, ਔਰ ਜਦੋਂ ਸਾਰਾ ਕੁਝ ਗਵਾ ਲੈਂਦਾ ਫਿਰ ਉਹ ਚਲੋ ਵਧੀਆ ਦੇਰ ਆਏ ਦਰੁਸਤ ਆਏ। ਬਹੁਤ ਚੰਗੀ ਸੇਧ ਦਿੱਤੀ ਹੈ ਜੀ ਫਿਲਮ ਰਾਹੀਂ, ਉਹ ਚੰਗਾ ਮੈਸੇਜ ਜੀ। ਤੇ ਸਰ, ਇਦਾਂ ਦੀ ਫਿਲਮ ਜਦੋਂ ਕੋਈ ਰਿਲੀਜ਼ ਹੁੰਦੀ ਹੈ ਤਾਂ ਟ੍ਰੇਲਰ ਰਿਲੀਜ਼ ਹੁੰਦਾ ਤਾਂ ਕਾਫੀ ਵਿਵਾਦਾਂ ਵਿੱਚ ਆ ਜਾਂਦੀ ਹੈ, ਕਿਉਂਕਿ ਲੋਕੀ ਇਦਾਂ ਦਾ ਕਹਿ ਦਿੰਦੇ ਨੇ ਕਿ ਨਸ਼ੇ ਦੇ ਉੱਤੇ ਤੁਸੀਂ ਨਸ਼ੇ ਨੂੰ ਬੜਾਵਾ ਦੇ ਰਹੇ ਹੋ, ਉਸ ਚੀਜ਼ ਨੂੰ ਕਿਵੇਂ ਜਸਟੀਫਾਈ ਕਰਦੇ? ਦੇਖੋ, ਜੋ ਰੀਅਲ ਸਟੋਰੀ ਦੇ ਵਿੱਚ ਜੋ ਕੁਝ ਹੋਇਆ ਹੁੰਦਾ ਉਹ ਤਾਂ ਦਿਖਾਉਣਾ ਹੀ ਪੈਂਦਾ ਹੈ ਨਾ, ਤੇ ਬਾਕੀ ਉਹ ਦਿਖਾਇਆ ਤੇ ਉਹਦੇ ਤੇ ਕਿਵੇਂ ਕਾਬੂ ਪਾਇਆ ਇਹ ਵੀ ਸਾਰਾ ਕੁਝ ਦੱਸਿਆ ਬਾਕੀ। ਬਿਲਕੁਲ ਜੀ ਸਰ, ਬਾਕੀ ਦੇ ਫਿਲਮਾਂ ਤੋਂ ਕਿਸ ਤਰ੍ਹਾਂ ਲੱਗੀ ਜਿਹੜੀਆਂ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਹੁੰਦੀਆਂ ਤੇ ਇੱਕ ਅਲੱਗ ਤੋਂ ਫਿਲਮ ਇਸ ਤਰ੍ਹਾਂ ਦੇ ਟੌਪਿਕ ਤੇ ਆਣੀ? ਬਿਲਕੁਲ ਜੀ, ਦੇਵ ਕਰੋੜ ਦਾ ਇੱਕ ਅਲੱਗ ਜੋਨਰ ਹੈ ਔਰ ਅਲੱਗ ਤਰ੍ਹਾਂ ਦਾ ਸਿਨੇਮਾ ਲੈ ਕੇ ਆਇਆ। ਸੋ ਸਾਰੀਆਂ ਫਿਲਮਾਂ ਵਧੀਆ ਨੇ ਉਹਨਾਂ ਦੀਆਂ ਔਰ ਇਹ ਵੀ ਫਿਲਮ ਬਹੁਤ ਅੱਛੀ। ਤੇ ਤੁਹਾਨੂੰ ਪਤਾ ਕਈ ਆਪਣੀ ਪੰਜਾਬੀ ਫਿਲਮਾਂ ਹੁਣ ਤੁਸੀਂ ਵੈਸੇ ਨੋਟਿਸ ਵਿੱਚ ਹੋਣਾ, ਡਬ ਕਰਕੇ ਟੀਵੀ ਚੈਨਲਾਂ ਦੇ ਵੀ ਚੱਲਦੀਆਂ ਹੁੰਦੀਆਂ, ਹਿੰਦੀ ਵਿੱਚ ਡਬ ਹੋ ਕੇ ਆਉਂਦੀਆਂ। ਬਿਲਕੁਲ ਜੀ ਬਿਲਕੁਲ, ਕੋਈ ਦੇਖੀ ਤੁਸੀਂ ਇਦਾਂ ਦੀ? ਮੈਂ ਦੇਖੀ, ਮੈਂ ਆਪਣੀ ਫਿਲਮ ਵੀ ਦੇਖੀ ਹੋਰ ਹੀ ਤਰ੍ਹਾਂ ਲੱਗੀ ਜਾਂਦਾ ਕਿਸੇ ਹੋਰ ਨੇ ਡਬ ਕੀਤੀ ਹੁੰਦੀ ਫਿਲਮ ਜਦ। ਕਿਹੜੀ ਫਿਲਮ ਦੇਖੀ ਤੁਸੀਂ? ਮੈਂ ਦੇਖੀ ਸੀ ਜੱਟ ਜੇਮਸ ਬੌਂਡ। ਤੇ ਕਿੱਦਾਂ ਦਾ ਲੱਗੀ ਸੀ ਆਪਣੀ ਆਵਾਜ਼ ਮੇਜ ਕਰਦਾ? ਮੈਂ ਬਹੁਤ ਗੰਦੀ ਲੱਗੀ ਮੈਨੂੰ, ਤੇ ਇੱਕ ਕਦੇ ਇਦਾਂ ਸੋਚਿਆ ਵੀ ਹਾਂ ਯਾਰ ਮੈਂ ਅੱਗੇ ਤੋਂ ਡਬ ਕਰਨੀ ਹੈ ਤਾਂ ਮੈਨੂੰ ਫੋਨ ਕਰ ਲਓ, ਮੈਂ ਖੁਦ ਹੀ ਕਰ ਦੂੰਗਾ ਨਾ? ਬਿਲਕੁਲ ਬਿਲਕੁਲ, ਹੁੰਦਾ ਹੀ ਹੈ ਜੀ, ਕਿਉਂਕਿ ਆਪ ਤੁਸੀਂ ਵਧੀਆ ਕਰ ਲੈਂਦੇ ਹੋ ਔਰ ਲੋਕਾਂ ਨੂੰ ਵੀ ਚੰਗਾ ਲੱਗਦਾ ਤੁਹਾਨੂੰ, ਕਿਉਂਕਿ ਯੂਜ਼ ਟੂ ਹੁੰਦੇ ਹੋ ਤੁਹਾਡੀ ਆਵਾਜ਼ ਸੁਣਦੇ। ਕਿੱਦਾਂ ਲੱਗੀ ਭਾਈ? ਬਹੁਤ ਸੋਹਣੀ ਮੂਵੀ ਹੈ। ਤੇ ਕੀ ਮੈਸੇਜ ਮਿਲਦਾ ਇਹਦੇ ਵਿੱਚ ਤੁਹਾਨੂੰ? ਮੈਸੇਜ ਮੈਂ ਤਾਂ ਜੋ ਲੈਣਾ ਸੀ ਮੈਸੇਜ ਲੈ ਲਿਆ ਵੀ ਮੈਂ ਸਰੋਤਿਆਂ ਨੂੰ ਕਹੂੰਗਾ ਕਿ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਵੀ ਯਾਰ ਮਿੱਤਰ, ਕੋਈ ਨਜ਼ਦੀਕੀ, ਕੋਈ ਪਰਿਵਾਰ 'ਚ ਕੋਈ ਬੰਦਾ ਜਿਹੜੇ ਨਸ਼ੇ ਦੀ ਚਪੇਟ 'ਚ ਆ ਰਿਹਾ ਜਾਂ ਹੈਗਾ, ਉਹਨੂੰ ਮੂਵੀ ਵਿਖਾਓ ਯਾਰ, ਉਹਦੇ ਦਿਮਾਗ 'ਚ ਕੁਛ ਨਾ ਕੁਛ ਹਲਚਲ ਜ਼ਰੂਰ ਹੋਊਗੀ। ਸੱਚੀ ਸੋਹਣੀ ਮੂਵੀ ਆ, ਵੱਡਾ ਮੈਸੇਜ ਆ। ਪੰਜਾਬ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਜ਼ਰੂਰਤ ਹੈ। ਅਗਰ ਇਦਾਂ ਦੇ ਕੰਪਲੀਮੈਂਟ ਮਿਲ ਜਾਣ ਤਾਂ ਕਿਸ ਤਰ੍ਹਾਂ ਦਾ ਲੱਗਦਾ? ਨਹੀਂ, ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣੀ ਮੂਵੀ ਆ। ਜਿਵੇਂ ਟ੍ਰੇਲਰ ਨੂੰ ਵੇਖ ਕੇ ਕਈ ਲੋਕ ਮਚਲੇ ਵੀ ਨਸ਼ੇ ਨੂੰ ਲੈ ਕੇ ਮੂਵੀ ਆ, ਇਹ ਨਸ਼ੇ ਨੂੰ ਲੈ ਕੇ ਮੂਵੀ ਨਹੀਂ ਆ, ਐਕਚੁਅਲ 'ਚ ਇਸ ਮੂਵੀ ਦਾ ਐਂਡ ਮੈਟਰ ਕਰਦਾ ਜੋ ਉਹ ਵਿਖਾਉਣਾ ਚਾਹ ਰਹੇ ਸੀ, ਇਹ ਨਸ਼ੇ 'ਚ ਬੰਦਾ ਆ ਕੇ ਛੁੱਟਦਾ ਕਿੱਦਾਂ। ਬਹੁਤ ਚੰਗੀ ਫਿਲਮ ਆ, ਇਹੋ ਜਿਹੇ ਵਿਸ਼ਿਆਂ ਤੇ ਜਿਹੜੀਆਂ ਫਿਲਮਾਂ ਬਣਾਉਣੀਆਂ ਵੱਡੇ ਜਿਗਰੇ ਦਾ ਕੰਮ ਆ। ਡ੍ਰੀਮ ਰਿਐਲਿਟੀ ਸਦਾ ਹੀ ਚੰਗੇ ਇਨੀਸ਼ੀਏਟਿਵ ਲੈਂਦੀ ਆ। ਡ੍ਰੀਮ ਰਿਐਲਿਟੀ ਨੇ ਪਹਿਲਾਂ ਵੀ ਡਾਕੂਆਂ ਦਾ ਮੁੰਡਾ ਪਹਿਲੀ ਤੇ ਉਦੋਂ ਬਾਅਦ ਡਾਕੂਆਂ ਦਾ ਮੁੰਡਾ 2 ਜਿਹੜੀ ਪ੍ਰੋਪਰ ਹੀ ਲਗਭਗ ਨਸ਼ਿਆਂ 'ਚੋਂ ਬੰਦੇ ਦੀ ਜ਼ਿੰਦਗੀ ਨੂੰ ਕਿਵੇਂ ਕੱਢ ਕੇ ਲਿਆਉਂਦੀ ਹੈ ਫਿਲਮ, ਬਹੁਤ ਸੌਖੇ ਰਾਹ ਦੱਸਦੀ ਹੈ। ਤਾਂ ਇੱਕ ਵਾਰੀ ਜ਼ਰੂਰ ਪਰਿਵਾਰਾਂ ਸਮੇਤ ਦੇਖੋ। ਤੇ ਤੁਹਾਡੇ ਤੁਹਾਨੂੰ ਪਰਸਨਲੀ ਕਿਹੜਾ ਸੀਨ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਭਾਵੁਕ ਕਰਨ ਵਾਲੇ? ਜਦੋਂ ਮੈਂ ਲੱਗਦਾ ਵੀ ਜਦੋਂ ਪਰਿਵਾਰ ਤੋਂ ਬੰਦਾ ਟੁੱਟਦਾ ਬੁਰੀ ਤਰ੍ਹਾਂ ਨਾਲ, ਉਹਦਾ ਪਰਿਵਾਰ ਵਿਖਰਦਾ ਤੇ ਬੰਦਾ ਬੇਬਸ ਇੰਨਾ ਹੋ ਜਾਂਦਾ ਵੀ ਉਹਦੇ ਅੱਖਾਂ ਸਾਹਮਣੇ ਉਹਦਾ ਪਰਿਵਾਰ ਉਹ ਤੋਂ ਦੂਰ ਜਾ ਰਿਹਾ ਹੁੰਦਾ, ਪਰ ਨਸ਼ੇ ਦੀ ਗ੍ਰਿਫਤ 'ਚ ਆਇਆ ਬੰਦਾ ਨਸ਼ੇ ਵੱਲੋਂ ਉਹ ਤੁਰਦਾ, ਉਹ ਬਹੁਤ ਜਾਣੀ ਕਿ ਅੰਦਰੋਂ ਝਲੋਣ ਵਾਲੀਆਂ ਗੱਲਾਂ ਨੇ। ਬਿਲਕੁਲ। ਤੇ ਤੁਸੀਂ ਰਾਈਟਰ ਹੋ, ਇੱਕ ਮੈਂ ਤੁਹਾਨੂੰ ਐਜ਼ ਅ ਰਾਈਟਰ ਪੁੱਛਣਾ ਚਾਹੂੰਗਾ, ਤੁਸੀਂ ਅਗਰ ਰਾਈਟਰ ਦੇ ਤੌਰ ਤੇ ਫਿਲਮ ਦੇਖਦੇ ਹੋ, ਇਸ ਦੇ ਵਿੱਚ ਤੁਹਾਨੂੰ ਕੋਈ ਲੱਗੀ ਕਿ ਹਾਂ ਕਮੀ ਪੇਸ਼ੀ ਸੀ ਜਾਂ ਇਦਾਂ ਵੀ ਕੁਛ ਇਦਾਂ ਇਸ ਚੀਜ਼ ਨੂੰ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਕੀਤਾ ਤਾਂ ਵਧੀਆ ਹੁੰਦਾ? ਕੁਛ ਵੀ ਮੈਨੂੰ ਲੱਗਦਾ 100% ਸੰਪੂਰਨ ਨਹੀਂ ਹੁੰਦਾ, ਤੇ ਪਰ ਬਹੁਤ ਚੰਗੀ ਫਿਲਮ ਹੈ, ਬਹੁਤ ਕਮਾਲ, ਬਹੁਤ ਚੰਗੀ ਲਿਖੀ ਗਈ ਆ, ਬਹੁਤ ਚੰਗੀ ਬਣਾਈ ਗਈ ਆ, ਸਾਰੀ ਟੀਮ ਨੂੰ ਬਹੁਤ ਮੁਬਾਰਕ। ਬਹੁਤ ਵਧੀਆ ਜੀ, ਕਮਰਸ਼ੀਅਲ ਫਿਲਮ ਹੈ ਬਟ ਸੋਸਾਇਟੀ ਲਈ ਇੱਕ ਮੈਸੇਜ ਛੋੜ ਕੇ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਸੋਸਾਇਟੀ ਲਈ ਤੁਹਾਡੀ ਜਿਹੜੀ ਰਿਸਪੋਂਸਿਬਿਲਿਟੀਜ਼ ਨੇ ਕਿ ਤੁਸੀਂ ਫਿਲਮਸ ਐਂਟਰਟੇਨਮੈਂਟ ਲਈ ਬਣਾਓ ਬਟ ਨਾਲ ਕੁਛ ਨਾ ਕੁਛ ਇੱਕ ਮੈਸੇਜ ਦੇ ਕੇ ਜਾਓ। ਸੋ ਡਾਕੂਆਂ ਦਾ ਮੁੰਡਾ ਇਹ ਜਿਹੜਾ ਸੀਕੁਅਲ ਹੈ ਇਹ ਉਸੇ ਲੀਕ ਤੇ ਲੈ ਕੇ ਜਾਂਦਾ ਔਰ ਬਹੁਤ ਖੁਸ਼ੀ ਹੈ
कि फिल्म जिन्ने भी आप लोगों ने देखी है सारे बहुत अच्छी लगी। बिल्कुल, संधवा साहब भी आए थे, उन्होंने भी तारीफ की कि इतनी फिल्म बननी चाहिए, जो तो हम सरकार वालों इतना कॉम्प्लीमेंट मिलते हैं, किस तरह का फील होता है? मैं लगता कि जिदा ना जो साढ़े आर्टिस्ट ने जो फिल्म मेकरस ने वो रोल मॉडल ने सोसायटी का, तो सोसायटी जो एक्टर्स ने उन्होंने लोग फॉलो करते हैं, अच्छा यूथ फॉलो करता है। सो मैं लगता कि वो जड़िया चीज़ा ने इस फिल्म बखूबी निभाइया गई ने, जिदा समाज के प्रति अपनी रिस्पोंसिबिलिटी भी पूरी करते हो और फिल्म एंटरटेनमेंट के थ्रू एक मैसेज भी देंगे। सर कई फिल्म हम आप देखते हैं कि हम हिंदी में डब होकर अपनी पंजाबी फिल्म वो स्टार गोल्ड या तुम इस तरह के प्लेटफॉर्म पर चल दी ने जी जी, वो किस तरह का लगता उस चीज़ को देखना थे कि वो की उसके पिछले प्रोसैस रहा? मैं लगता जो वो पंजाबी फिल्म की पॉपुलैरिटी है, जड़िया फिल्म हिंदी अब भोजपुरी फिल्म डब नहीं होंगे, मराठी डब नहीं होंगे, जो पंजाबी डब हो रही ने तो इट मीनस कि उन्होंने इतने का जॉनर, इतने का कल्चर, इतने दिन फिल्म लगता कि उन्होंने ऑडियंस एक्सैप्ट करेगी तो डब हो रही है। बिल्कुल, तो यह भी जिम्मे कि देखिए हम अच्छ कहें बॉलीवुड तो साउथ का टक्कर चल रही है जी जी, तो उसका रीजन मेरे हिसाब से यह रहा क्योंकि साउथ वाले की फिल्म पहले टीवी पर चलनिया शुरू हो गई थी, हम साढ़े पंजाबी वाले ने भी डब होकर शुरू हो चुके हैं, तो लोग इस तरह सिनेमा पसंद करेंगे, तो तुम कोई इस तरह पैन इंडिया फिल्म बारे कोई सोच रहे हो भी करने की? बिल्कुल बिल्कुल सोचा जी, जिस तरह दायरा बढ़ रहा है, जिस तरह ऑडियंस पंजाबी फिल्म एक्सैप्ट कर रही है, तुम देखे होगा कि पहले पंजाबी फिल्म दिल्ली दो तीन सिनेमा से लग गया, दिल्ली च 50 के आसपास सिनेमाज लगन लग पे ने, राजस्थान वाइड हो गया, इंदौर, भोपाल, कलकत्ता, बैंगलोर, पुणे, इतने पंजाबी फिल्म जान लग पे ने। सो फिल्म बाय फिल्म वो सर्कल बढ़ रहा है, तो होपफुली कोई एक दिन इदा आएगा जो एक पंजाबी फिल्म पैन इंडिया लगे। बिल्कुल, कोई सोचा अपनी फिल्म गोल्ड माइन या इस तरह हिंदी में डब करने वास्ते राइट्स देने? बिल्कुल बिल्कुल जी, होपफुली डाकू का मुंडा ही होगी उनके चो, डाकू का मुंडा टू। हाँ जी, एक बार परिवार समेत इन जरूर देखो, ਵਾਰੀ ਪਰਿਵਾਰਾਂ ਸਮੇਤ ਇਹ ਫਿਲਮ ਨੂੰ ਦੇਖਣਾ ਬਣਦਾ। ਆਡੀਅੰਸ ਲਈ ਅਪੀਲ ਹੈ ਜੀ ਕਿ ਫਿਲਮ ਫਰਾਈਡੇ ਨੂੰ ਸਿਨੇਮਾ ਘਰ ਅੱਜ ਵਰਲਡ ਵਾਈਡ ਲੱਗ ਰਹੀ ਹੈ, ਸੋ ਆਪਣੇ ਫੈਮਿਲੀਜ਼ ਦੇ ਨਾਲ ਜ਼ਰੂਰ ਫਿਲਮ ਨੂੰ ਦੇਖ ਕੇ ਆਓ, ਯੂ ਲਵ ਦ ਫਿਲਮ।